लिखी महाराज बाणी दसा गुरां दा एह स्वरूप जानो नाल हत्थां दे लिखी महाराज बाणी नुकता दूई दवैत दा नहीं पाया हर एक वास्ते है सिर ताज बाणी ओ जी दा जी करदा मत्था टेक जांदा करदी किसे नू नहीं निराज बाणी तन्ने वांगिरा रखिए सिरक पूरा तन्ने वांग सवार दी काज बाणी तन्ने वांग सवार दी काज बाणी सुनिया उना दा होवे इक बाली उच्चा ते जेड़े तेरी हजूरी विच झुकदे ने सुनिया उना दा होवे इक बाली उच्चा ते जेड़े तेरी हजूरी विच झुकदे मुड़के ओ सानू आसां दा बूर लगे ते बूटे जिंदगी दे जेड़े सुकदे ने जीवन लैर फिरी उन्ना चो होए पैदा जीवन लैर फिरी उन्ना चो होए पैदा ते सोमे जिंदगी
ਭੁੱਲੇ ਕਿਉਂ ਸੁਖਨ ਪਿਆਰਾਂ ਦਾ, ਮੈਂ ਤਾਂ ਪ੍ਰੀਤਿਮਾ ਸੁਣਿਆ ਤੂੰ ਪੱਕਾ ਯਾਰ ਯਾਰਾਂ ਦਾ, ਲਗਮਾ ਪਿਆਰ ਦਾ ਭਰਿਆ ਪਿਆ ਫਾਰਿਸ਼ਤ ਤੇਰੀ ਦਾ, ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ, ਆ ਜਾ ਸੋਹਣਿਆ ਆ ਜਾ ਤੜਪਦੀ ਜਾਨ ਦੇ ਬਦਲੇ, ਆ ਜਾ ਸੋਹਣਿਆ ਆ ਜਾ ਤੜਪਦੀ ਜਾਨ ਦੇ ਬਦਲੇ, ਆਪਣੇ ਬਿਰਧ ਦੇ ਬਦਲੇ ਧਰਮ ਅਮਾਨ ਦੇ ਬਦਲੇ, ਹਰੀ ਨਹੀਂ ਮਿਲਦਾ ਇਹ ਮੀਰਾ ਟਿਕ ਕੇ ਬਹਿੰਦੀ ਨਹੀਂ, ਅਨਪੜ ਸਾਰ ਕੀ ਜਾਣਾ ਕੇ ਨੰਬਰ ਲਿਸਟ ਤੇਰੀ ਦਾ, ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ, ਕੋਈ ਟਪ ਜੋਰ ਚੱਲਦਾ ਨਹੀਂ ਸਾਡੇ ਵਿੱਚ ਅਕਲਾਂ ਵੀ ਕੰਮ ਨੇ, ਕੋਈ ਟਪ ਜੋਰ ਚੱਲਦਾ ਨਹੀਂ ਸਾਡੇ ਵਿੱਚ ਅਕਲਾਂ ਵੀ ਕੰਮ ਨੇ, ਖਾਲੇ ਲੋੜਾਂ ਗਰਜਾਂ ਨੇ ਬਚੇ ਬਸ ਚੰਦ ਹੀ ਦਮ ਨੇ, ਦੀਵਾਨਾ ਬਣ ਗਿਆ ਬੈਂਕਾ ਜੀ ਹੈ ਬਾਹਿਸ਼ਤ ਤੇਰੀ ਦਾ, ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ, ਗੁਰੂ ਜੀ ਦ੍ਰਿਸ਼ਟ ਤੇਰੀ ਦਾ, ਗੁਰੂ ਜੀ ਦ੍ਰਿਸ਼ਟ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੇਵਤਿਆਂ ਦੀ ਤਰ੍ਹਾਂ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਰਸਨਾ ਪਵਿੱਤਰ ਕਰੀਏ, ਸਤਿਗੁਰੂ ਜੀ ਦੇ ਦਰਬਾਰ ਵਿੱਚ ਸਾਡੀ ਹਾਜ਼ਰੀ ਪ੍ਰਵਾਨ ਹੋ ਜਾਏ, ਤੁਹਾਡੀ ਹੋ ਜਾਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤਨੇ ਸਵਾਸ ਸਤਿਗੁਰੂ ਜੀ ਨੇ ਦਿੱਤੇ ਹੈ, ਦਮਾਂ ਦੀ ਰਾਸ ਦਾ ਕਰਜ਼ਾ ਫਿਕਰ ਹੈ ਕਿਸ਼ਤ ਤੇਰੀ ਦਾ, ਇਹ ਦਮਾਂ ਦੀ ਰਾਸ ਲਿਖ ਕੇ ਪ੍ਰਾਣੀ ਚੱਲਿਆ, ਕਿਤਨੇ ਨੇ ਇਹਦੇ ਬਾਰੇ ਕੋਈ ਕਿਸੇ ਨੂੰ ਭੇਤ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਆ ਕਿ ਜਿਹੜਾ ਆਦਮੀ ਹੈ ਉਹ ਦਮ ਆ ਜਾਏ ਤਾਂ ਕਹਾਣੀ ਚੱਲਦੀ ਹੈ, ਨਹੀਂ ਤੇ ਮਿੱਟੀ ਦੀ ਮੁੱਠ ਹੈ। ਸੰਸਾਰ ਵਿੱਚ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਇੰਨਾ ਚਿਰ ਸੰਸਾਰ ਵਿੱਚ ਰਹਿਣਾ, ਉਸ ਸਤਿਗੁਰ ਦੀ ਮਿਹਰ ਹੋਵੇ ਤਾਂ ਕਈ ਯੁੱਗ ਉਮਰਾਂ ਦੇ ਦਿੰਦਾ, ਇਹ ਉਹਦੇ ਨਦਰੇ ਕਰਮ ਨੇ। ਮੈਂ ਸਮਝਦਾ ਕਿ ਜ਼ਿੰਦਗੀ ਦੇ ਕੁਝ ਸਵਾਸ ਜਿਹੜੇ ਸਤਿਗੁਰ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ, ਤੁਹਾਡੇ ਉੱਤੇ ਕਿਰਪਾ ਕੀਤੀ ਹੈ, ਸਫਲੇ ਹੋ ਰਹੇ ਨੇ। ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਦਸ ਗੁਰੂਆਂ ਦਾ ਸਾਰੂਪ, ਸ਼ਬਦਾ ਅਵਤਾਰ, ਉਹਨਾਂ ਨੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਚੱਲ ਰਹੇ ਨੇ, ਹਿੰਦੁਸਤਾਨ ਹੀ ਨਹੀਂ ਵਰਲਡ ਵਿੱਚ ਚੱਲ ਰਹੇ ਨੇ। ਸਾਡੇ ਜਥੇ ਵੱਲੋਂ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਹੈ। ਸੰਸਾਰ ਵਿੱਚ ਜਿਤਨੇ ਧਰਮ ਨੇ ਉਤਨੇ ਹੀ ਪੈਰੋਕਾਰ ਨੇ, ਉਹਨਾਂ ਨੂੰ ਜਿਤਨਾ ਕਿ ਇਲਹਾਮ ਹੋਇਆ ਉਹਨਾਂ ਨੇ ਆਪਣੀ ਬੁੱਧ ਦੇ ਅਨੁਸਾਰ ਕੁਝ ਨਾ ਕੁਝ ਸੰਸਾਰ ਨੂੰ ਦਿੱਤਾ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ ਪਾਤਸ਼ਾਹੀਆਂ ਤੱਕ
मनुख नूं इही समझाया गया कि संसार विच किवें विचरना, किवें रहना, किवें मुहब्बत प्यार भाईचारक सांझ बना के संसार विच विचरना। 1469 ईस्वी तो लेके 1708 तक 239 साल का समा बनता है गुरु काल का, 239 साल। इतिहासकार लिखते ने कि संसार में बड़े बड़े विद्वान हुए, उन्होंने अपनी अकल अनुसार लिखा और कहते ने एक बार राक्षसां ते देवत्या ने खीर समुंदर नूं रिड़किया पर मेरे दाते ने पानी विच मधानी नहीं पाई। उन्होंने संसार समुंदर नूं रिड़क के इहदे विचों दो रतन कढ़े, मध विच सानूं ग्रंथ मिलिया, अंत विच सानूं पंथ मिलिया। ग्रंथ दे कर्ता नूं तत्ती लोह ते बैठ के बूंद बूंद खून की सरवा के शहादत देनी पई, पंथ दे कर्ता नूं अपना सारा सरबंस इस कौम तो इस पंथ तो वारना पिया। बड़े धार्मिक ग्रंथ ने, सत्कार योग ने, क्योंकि सिख धर्म किसी नूं माड़ा नहीं कहिंदा, पर किसी भी धार्मिक चार दिन सरूरी
ਵਿੱਚ ਹੁਕਮਾਂ ਨੇ ਅੱਗ ਤੇ ਪੌਣ ਪਾਣੀ ਬਿਨਾਂ ਮਨੁੱਖ ਦੇ ਆਪਣੇ ਵੱਸ ਵਿੱਚ ਕੁਝ ਨਹੀਂ, ਜੋ ਕਰਦਾ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਉਹਨੂੰ ਪਾਉਂਦਾ ਉਹੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਬੰਦੇ ਦੇ ਵੱਸ ਵਿੱਚ ਨਹੀਂ, ਜੇ ਬੰਦੇ ਦੇ ਵੱਸ ਹੋਵੇ ਤਾਂ ਇਹ ਬਹੁਤ ਕੁਝ ਕਰੇ। ਜਿੱਥੇ ਮੇਰਾ ਦਾਤਾ ਰੱਖਦਾ ਹੈ ਉੱਥੇ ਹੀ ਰਹਿਣਾ ਪੈਂਦਾ ਹੈ। ਗੱਲ ਕਿਹਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ 1469 ਈਸਵੀ ਨੂੰ ਉਹ ਸੰਸਾਰ ਵਿੱਚ ਆਉਂਦੇ ਹੈ, ਪ੍ਰਕਾਸ਼ ਧਾਰਦੇ ਹੈ, ਉਹਨਾਂ ਦਾ ਆਗਮਨ ਹੁੰਦਾ। 550 ਸਾਲਾਂ ਸਤਿਗੁਰੂ ਜੀ ਦਾ ਸ਼ਤਾਬਦੀ ਦੇ ਰੂਪ ਵਿੱਚ ਸਾਰਾ ਸੰਸਾਰ ਹੀ ਮਨਾਉਣ ਵਾਸਤੇ ਜਾ ਰਿਹਾ, ਔਰ ਵੱਖ ਵੱਖ ਥਾਵਾਂ ਉੱਤੇ ਸਮਾਗਮ ਚੱਲ ਰਹੇ ਨੇ। ਸੱਚੇ ਸਤਿਗੁਰੂ ਜੀ ਨੇ ਸੰਸਾਰ ਦੀ ਨਬਜ਼ ਉੱਤੇ ਹੱਥ ਰੱਖ ਕੇ ਵੇਖਿਆ ਕਿ ਇਹਨਾਂ ਲੋਕਾਂ ਨੂੰ 4 ਵਰਨਾਂ ਵਿੱਚ ਵੰਡ ਦਿੱਤਾ। ਕਿਸੇ ਨੂੰ ਬ੍ਰਾਹਮਣ ਬਣਾ ਦਿੱਤਾ ਹੈ, ਕਿਸੇ ਨੂੰ ਛਤਰੀ ਬਣਾ ਦਿੱਤਾ ਹੈ, ਕਿਸੇ ਨੂੰ ਵੈਸ਼ ਬਣਾ ਦਿੱਤਾ ਹੈ ਅਤੇ ਕਿਸੇ ਨੂੰ ਸ਼ੂਦਰ ਬਣਾ ਦਿੱਤਾ। ਜਦ ਕਿ ਉਸ ਮਾਲਕ ਦੇ ਭੇਜੇ ਹੋਏ ਸਾਰੇ ਸੰਸਾਰ ਵਿੱਚ ਆਉਂਦੇ ਹੈ। ਬੰਦਾ ਬੰਦੇ ਨੂੰ ਕਿਉਂ ਮਾਰਦਾ ਹੈ, ਬੰਦਾ ਬੰਦੇ ਨਾਲ ਕਿਉਂ ਧੱਕਾ ਕਰਦਾ ਹੈ, ਸਜ਼ਾ ਦੇਣ ਦੇ ਅਧਿਕਾਰ ਉਸ ਪਰਮਾਤਮਾ ਨੂੰ ਹੈ। ਸੰਸਾਰ ਵਿੱਚ ਉਹਦਾ ਨਾਮ ਸਿਮਰਨ ਵਾਸਤੇ ਮਨੁੱਖ ਸੰਸਾਰ ਵਿੱਚ ਆਉਂਦਾ, ਆਪਣੀ ਕਾਇਆ ਕਲਪ ਕਰਨ ਵਾਸਤੇ। ਪਰ ਇੱਥੋਂ ਦੀ ਜਿਹੜੀ ਤਾਕਤਵਰ ਕੌਮ ਹੈ, ਉਹ ਜੇ ਕੋਈ ਰਾਮ ਦਾ ਨਾਮ ਲੈ ਲੈਂਦਾ ਤਾਂ ਉਹ ਕਹਿੰਦੇ ਰਾਮ ਦਾ ਨਾਮ ਪਿੱਟਿਆ ਗਿਆ, ਮੂੰਹ ਵਿੱਚ ਸਿੱਕਾ ਢਾਲਿਆ ਜਾਂਦਾ, ਉਹਨਾਂ ਦੇ ਕੰਨਾਂ ਵਿੱਚ ਵੀ ਸਿੱਕਾ ਢਾਲ ਕੇ ਪਾਇਆ। ਸੰਸਾਰ ਵਿੱਚ ਬੜੇ ਪੈਗੰਬਰ ਆਏ ਨੇ, ਬੜੇ ਅਵਤਾਰ ਆਏ ਨੇ, ਬੜੇ ਰਿਸ਼ੀ ਮੁਨੀ ਸਮੇਂ ਸਮੇਂ ਉੱਤੇ ਆਏ, ਪਰ ਏਡਾ ਇਨਕਲਾਬ ਕੋਈ ਨਾ ਲਿਆ ਸਕਿਆ ਜਿਹੜਾ ਬਾਬੇ ਨਾਨਕ ਨੇ। ਸੰਸਾਰ ਵਿੱਚ ਗਰੀਬ ਦੀ ਬਾਹ ਫੜ ਕੇ ਬਾਬੇ ਨਾਨਕ ਨੇ ਇਹ ਦਾਅਵੇ ਨਾਲ ਗੱਲ ਕਹੀ ਕਿ ਤੁਸੀਂ ਜਿਨ੍ਹਾਂ ਨੂੰ ਨੀਚ ਕਹਿੰਦੇ ਹੋ, ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਹੋ, ਮੈਂ ਇਹਨਾਂ ਨੀਚਾਂ ਦੇ ਸੰਗ ਖਲੋਤਾ। ਜੇ ਤੁਸੀਂ ਇਤਨੇ ਸੁੱਚੇ, ਇਤਨੇ ਉੱਚੇ, ਇਤਨੇ ਪਵਿੱਤਰ ਹੋ ਤਾਂ ਤੁਸੀਂ ਵੀ ਮਾਂ ਨੂੰ ਪੈਦਾ ਹੋਏ ਸਿੱਧੇ ਆਉਣਾ ਸੀ, ਫਿਰ ਤਾਂ ਅਸੀਂ ਵੇਖ ਲੈਂਦੇ ਕਿ ਇਹਨਾਂ ਵਿੱਚ ਤੇ ਤੁਹਾਡੇ ਵਿੱਚ ਕੋਈ ਅੰਤਰ। ਹਾਂ ਹਾਂ, ਇੱਕ ਗੱਲ ਹੈ, ਇਹਨਾਂ ਗਰੀਬ ਲੋਕਾਂ ਦੀਆਂ ਰਗਾਂ ਵਿੱਚ ਖੂਨ ਦੌੜਦਾ। ਜੇ ਤੁਹਾਡਾ ਇਹਨਾਂ ਨਾਲੋਂ ਕੁਝ ਨਵੇਕਲਾ ਹੈ ਤੇ ਫਿਰ ਤੁਹਾਡੀਆਂ ਰਗਾਂ ਵਿੱਚ ਦੁੱਧ ਦੌੜਨਾ ਚਾਹੀਦਾ। ਫਿਰ ਅਸੀਂ ਮੰਨ ਲਈਏ, ਚੀਚੀ ਕੱਟ ਕੇ ਵੇਖੋ, ਕੋਟਾ ਕੱਟ ਕੇ ਵੇਖੋ, ਉਹੀ ਖੂਨ ਤੁਹਾਡੇ ਸਰੀਰ ਅੰਦਰ ਹੈ, ਉਹੀ ਖੂਨ ਇਹਨਾਂ ਦੇ ਸਰੀਰ ਅੰਦਰ। ਸੰਸਾਰ ਵਿੱਚ ਜੇ ਏਕੇ ਦੀ ਕਿਤਾਬ ਵਿੱਚ ਇੱਕ ਪਲੇਟਫਾਰਮ ਉੱਤੇ ਗਰੀਬ ਅਮੀਰ ਨੂੰ ਦਾਤੇ ਨੇ ਬਿਠਾਇਆ ਤੇ ਉਹ ਸਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਗੱਲ ਕਿਹਾ ਕੋ ਸਤਨਾ ਸ਼੍ਰੀ ਵਾਹਿਗੁਰੂ। ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਰਚੀ, ਔਰ ਦੂਜੇ ਪਾਤਸ਼ਾਹ ਨੂੰ ਜਦੋਂ ਗੁਰਤਾ ਗੱਦੀ ਮਿਲੀ, ਸਤਿਗੁਰੂ ਜੀ ਨੇ ਜਿਤਨੀ ਬਾਣੀ ਇਕੱਤਰ ਕੀਤੀ ਹੈ ਭਗਤਾਂ ਦੀ, ਸੰਤਾਂ ਦੀ, ਜੋ ਆਪ ਮੇਰੇ ਦਾਤੇ ਨੇ ਉਚਾਰਨ ਕੀਤਾ, ਜੋ ਉਸ ਅਕਾਲ ਪੁਰਖ ਦਾ ਹੁਕਮ ਆਇਆ ਹੈ, ਜਿਵੇਂ ਅਕਾਲ ਪੁਰਖ ਨੇ ਬੁਲਾਇਆ ਤਿਵੇਂ ਨਾਨਕ ਦਾਸ ਬੋਲਿਆ, ਇਹਦੇ ਵਿੱਚ ਇੱਕ ਵੀ ਅੱਖਰ ਵਾਧਾ ਘਾਟਾ ਨਹੀਂ ਕੀਤਾ ਗਿਆ, ਨਹੀਂ ਕੀਤਾ। ਦੂਜੇ ਪਾਤਸ਼ਾਹ
तीजे पातशाह चौथे पातशाह साहिब श्री गुरु रामदास सच्चे पातशाह ते फिर वारी आई पंचम पातशाह साहिब श्री गुरु अर्जन देव जी उन्होंने सारी बाणी इकट्ठा की कुछ संतां महापुरखां नूं सद भेजे गए कुछ बुद्धिजीवी सिख सच्चे सतगुरु जी ने इकट्ठा किए कि आओ भाई बाणी दा मोहत रचिए जिहदे नाल आउण जाण दा गेर मुक जाए जो वड्डे सतगुरां ने साडे उत्ते कृपा कीती है संसार उत्ते बरकतां कीतियां ने बख्शिशां कीतियां ने आओ मिलके आपां इस बाणी नूं तरतीबवार इक ग्रंथ विच दर्ज करके संसार नूं मुक्त करन वास्ते इह बाणी दा मोहत रचिए मेरे दाते साहब श्री गुरु अर्जन देव जी सच्चे पातशाह बाणी दे बोहे उन्होंने श्री राम सर साहब जी दे पवित्र अस्थान उत्ते बड़ा पवित्र अस्थान दी चोन करके उठे भाई गुरदास जी नूं कोल बिठा लिया उठे वड्डे शमियाने लग गए और मेरे दाते ने जो समगरी चाहिदी है जो भी उस वक्त शमियाना चाहिदा ਉਹ ਸਾਰਾ ਕੁਝ ਇਕੱਤਰ ਕੀਤਾ ਮੇਰੇ ਦਾਤੇ ਨੇ ਇੱਕ ਬੜਾ ਵੱਡਾ ਕਨਾਤ ਤੰਬੂ ਲਵਾਇਆ ਜਿਹਦੇ ਵਿੱਚ ਸੱਚੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਬੈਠਦੇ ਹੈ ਭਾਈ ਗੁਰਦਾਸ ਜੀ ਲਿਖੀ ਜਾਂਦੇ ਹੈ ਮੇਰੇ ਦਾਤੇ ਪਵਿੱਤਰ ਗੁਰਬਾਣੀ ਹੈ ਜਿਹੜੀ ਉਹ ਰਾਗਾਂ ਦੇ ਅਨੁਸਾਰ ਬਿਠਾ ਰਹੇ ਨੇ ਕਿਹੋ ਜਿਹਾ ਸੰਗਮ ਬਣਿਆ ਹੋਇਆ ਹੈ ਕਿਵੇਂ ਕਿਵੇਂ ਮੇਰੇ ਸੱਚੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਤੀਵਾਰ ਇਹ ਜਿਹੜਾ ਗ੍ਰੰਥ ਹੈ ਤਿਆਰ ਕੀਤਾ ਔਰ ਭਗਤਾਂ ਮਹਾਂਪੁਰਖਾਂ ਉਹਨਾਂ ਸੰਤਾਂ ਨੇ ਜਿਨ੍ਹਾਂ ਨੇ ਸੰਸਾਰ ਵਿੱਚ ਮਨੁੱਖ ਨੂੰ ਜੀਵਨ ਜਾਚ ਦੱਸੀ ਹੈ ਭਾਵੇਂ ਉਹ ਕਸਾਈ ਹੈ ਭਾਵੇਂ ਉਹ ਨਾਈ ਹੈ ਇੱਥੇ ਵਿਤਕਰਾ ਨਹੀਂ ਪਾਇਆ ਗਿਆ ਭਾਵੇਂ ਕੱਟੜੀ ਉਸ ਵਕਤ ਦਾ ਬਾਦਸ਼ਾਹ ਜਹਾਂਗੀਰ ਪਰ ਮੇਰੇ ਦਾਤੇ ਨੇ ਇਹ ਨਹੀਂ ਕੀਤਾ ਕਿ ਸਾਨੂੰ ਤੱਤੀ ਤਲੀ ਉੱਤੇ ਇਸਨੇ ਬਿਠਾਉਣਾ ਹੈ ਕਿਉਂਕਿ ਗੁਰੂ ਜਾਣਦਾ ਸਮੇਂ ਬਾਰੇ ਪਰ ਉੱਥੇ ਵੇਖਿਆ ਗਿਆ ਕਿ ਬਾਬਾ ਫਰੀਦ ਜਿਨ੍ਹਾਂ ਦੀ ਬੜੀ ਉੱਚੀ ਸੋਚ ਜਿਨ੍ਹਾਂ ਦੇ ਸ਼ਬਦ ਮੋਢਿਆਂ ਨੂੰ ਜੀਵਨ ਦੇਣ ਵਾਲੇ ਹੈ ਜਿਨ੍ਹਾਂ ਦੇ ਸ਼ਬਦ ਨਫ਼ਰਤ ਦੇ ਭਰੇ ਹੋਏ ਜਿਹੜੇ ਕਲਬੂਤ ਨੇ ਉਹਨਾਂ ਵਿੱਚ ਮੁਹੱਬਤ ਪੈਦਾ ਕਰਨ ਵਾਸਤੇ ਇਹ ਸਹੀ ਨੇ ਤੇ ਬਾਬੇ ਨਾਨਕ ਨੇ ਆਪਣੇ ਸੱਜੇ ਪਾਸੇ ਥਾਂ ਬਾਬੇ ਫਰੀਦ ਜੀ ਨੂੰ ਦਿੱਤੀ ਗੱਜ ਕੇ ਅਕੋ ਸਤਨਾਮ ਸ੍ਰੀ ਵਾਹਿਗੁਰੂ ਆਹ ਵੇਖੀਏ ਦਾਤੇ ਨੇ ਜਿਹੜਾ ਸ੍ਰੀ ਰਾਮ ਸਰ ਸਾਹਿਬ ਦੀ ਪਵਿੱਤਰ ਅਸਥਾਨ ਉੱਤੇ ਵੇਖ ਕੇ ਜਿਹੜੀ ਬਾਣੀ ਦੀ ਰਚਨਾ ਕੀਤੀ ਕਿਵੇਂ ਕਿਵੇਂ ਤਾਂ 30 ਵਾਰ ਮੇਰੇ ਦਾਤੇ ਨੇ 30 ਰਾਗਾਂ ਵਿੱਚ ਜਿਹੜੀ ਬਾਣੀ ਰਚੀ ਮੇਰੇ